ਬਾਉ ਜੀ ਕੀ ਦਿਓ ਲਾ ਦੇ ਰਾ ਦੇ 10 ਰੁਪਏ ਵਾਹ ਬਈ ਵਾਹ ਸ਼ਰਮ ਨਹੀਂ ਆਉਂਦੀ ਤੈਨੂੰ ਪਾਲ ਚ ਖੜੋ ਕੇ ਮੰਗਣ ਦੇ ਆ ਤੇ ਹੋਰ ਤੁਹਾਡੇ 10 ਰੁਪਏ ਦੀ ਖਾਤਰ ਮੈਂ ਇੱਥੇ ਦਫ਼ਤਰ ਖੋਲ ਲਵਾਂ ਭਾਈ ਓਏ ਆਪਣਾ ਹੋ ਗਿਆ ਵੇਖ ਆਪਣੇ ਕੱਪੜੇ ਗੰਦੇ ਕੱਪੜੇ ਪਾਏ ਤੂੰ ਤੁਸੀਂ ਲੋਕ ਕਿਸੇ ਪਾਸੇ ਜੀਣੀ ਜੋ ਨਹੀਂ ਦਿੰਦੇ ਕਿਉਂ ਤੇ ਹੋਰ ਇੱਥੇ ਮੈਂ 2 ਪੀਸ ਪਾ ਕੇ ਖਲੋ ਜਵਾਂ ਮੰਗਣ ਦੇ ਆ ਮਾੜੇ ਕੱਪੜੇ ਪਾ ਲਓ ਤਾਂ ਕਹਿਣਾ ਵੀ ਕਿਹੋ ਜਿਹੇ ਪਾਏ ਆ ਪਰੇ ਹੋ ਤੇ ਚੰਗੇ ਪਾਲੋ ਕਹਿਣਾ ਚੰਗਾ ਭਲਾ ਕੰਮ ਕਿਉਂ ਨਹੀਂ ਕਰਦਾ ਯਾਰ ਤੁਸੀਂ ਤੁਹਾਨੂੰ ਕੰਮ ਕਰਨ ਦੇਣਾ ਕਿ ਨਹੀਂ ਇਹ ਦੱਸ ਦਿਓ ਵੈਸੇ ਯਾਰ ਇਹ ਗਲਤ ਹੈ ਇਹ ਦਿਹਾੜੀ ਕਿੰਨੀ ਕੁ ਲੱਗ ਜਾਂਦੀ ਤੇਰੀ ਉਹ ਦਿਹਾੜੀ ਭਾਜੀ ਘੱਟਾ ਲੱਗਣੀ ਹੈ ਜੇ ਇਹਦੇ ਕੋ ਮੱਥੇ ਲੱਗਦੇ ਦੇ ਦੇਵੇ ਹਾਂ ਤੇਰੀ ਮਿਹਰਬਾਨੀ ਫਟਾਫਟ ਹਾਂ ਤੇ ਜੇ ਕੋ ਬਹਿਸ ਕਰਨ ਵਾਲਾ ਆ ਜਵੇ ਇੱਥੇ ਇੱਥੇ ਖਲੋ ਕੇ ਮੰਗਣ ਦੇ ਆ ਕੱਪੜੇ ਕਿਹੋ ਜਿਹੇ ਪਾਏ ਆ ਤੁਸੀਂ ਕੰਮ ਕਿਉਂ ਨਹੀਂ ਕਰਦੇ ਇਹ ਕਿਉਂ ਨਹੀਂ ਕਰਦੇ ਉਹ ਕਿਉਂ ਨਹੀਂ ਕਰਦੇ ਉਹ ਫਿਰ ਦਿਹਾੜੀ ਜਾਇਆ ਕਰ ਦਿੰਦੇ ਭਾਜੀ ਇਹੋ ਜਿਹੇ ਬੰਦੇ ਓਏ ਤੇ ਮੈਂ ਤੈਨੂੰ ਕਿਹਾ ਮੈਂ ਤੇਰੀ ਕਿਹੜੀ ਦਿਹਾੜੀ ਜਾਇਆ ਕਰ ਦਿੱਤੀ ਤੇ ਹੋਰ ਕੀ ਕਰਨ ਦੇ ਆ ਤੂੰ करके टाइम ਇਹ ਜੇ ਬੰਦੇ ਨਾ ਟਕਰਨ ਸਾਨੂੰ ਬਹਿਸ ਵਾਲੇ 3-4000 ਰੁਪਿਆ ਕਿਤੇ ਨਹੀਂ ਜਾਂਦੇ ਆੜੀ 4000 ਰੁਪਿਆ ਕਮਾਉਂਦੇ ਹੋ ਹਾਂਜੀ 3-4000 ਵੀ ਕਮਾ ਲੈਂਦੇ ਹੋ ਮੰਦਾ ਠੰਡਾ ਭਾਈ ਜੀ ਅੱਜ ਕੱਲ 4-3-4 ਹੀ ਚੱਲਣ ਰਿਹਾ ਮੰਦੇ ਠੰਡੇ 3-4000 ਹਾਂ ਤੁਹਾਡੇ ਪਾਰਕ ਵਿੱਚ ਹੋਰ ਹੀ ਕੀ ਫਕੀਰ ਹੈ ਭਾਈ ਜੀ ਤੁਸੀਂ ਗੌਰ ਕਰੋ ਤੁਹਾਡੇ ਆਲੇ ਦੁਆਲੇ ਫਕੀਰ ਹੀ ਫਕੀਰ ਆ ਅਸੀਂ ਤਾਂ ਪਾਰਕਾਂ 'ਚ ਖਲੋ ਕੇ ਮੰਗਣ ਰਹੇ ਨਾ ਹਾਂ ਲੋਕੀ ਲੈਕਚਰਾਂ 'ਤੇ ਖਲੋ ਕੇ ਮੰਗਣ ਰਹੇ ਆ ਉਹ ਜਾ 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 ਉਹ ਗੱਲ ਤਾਂ ਸੁਣ ਬਾਊ ਬਾਊ ਜੀ ਉਹ ਜਾ ਯਾਰ ਬਾਊ ਜੀ ਓ ਭਲਾ ਵੇ ਓ ਯਾਰ ਮੈਨੂੰ ਘਰ ਛੱਡ ਗਿਆ ਨਾ ਤੂੰ ਓ ਤੇਰੇ ਬੱਚੇ ਦੀਣ ਤੈਨੂੰ ਅੱਛਾ ਦੇ ਭਾਗ ਲੱਗਣੇ ਜੋ ਬਾਊ ਹੋ ਗਈ ਦੁਆ ਹੋ ਗਈ ਤੇਰੀ ਹੈ ਖੁੱਲਾ ਨਹੀਂ ਹੈਗਾ ਭਾਈ ਖੁੱਲਾ ਨਹੀਂ ਹੈਗਾ ਖੁੱਲਾ ਤੇ ਕਿਸੇ ਕੋ ਵੀ ਨਹੀਂ ਅੱਜ ਕੱਲ ਸਾਰੇ ਤੰਗ ਫੰਗੀ ਆ ਖੁੱਲਾ ਕਿਹਦੇ ਕੋਲ ਆ ਮੇਰੇ ਕੋਲ ਖੁੱਲਾ ਹੋਵੇ ਤੇ ਮੰਗਾ ਮੈਂ ਫਿਰ ਆ ਜੀ ਕੱਲ ਆ ਲਈਓ ਨੌਰੀ ਤੂੰ ਮੇਰੀ ਦਿਹਾੜੀ ਜਾਇਆ ਕੀਤੀ ਹੈ ਤੂੰ ਤੈਨੂੰ ਦੇ ਕੇ ਜਾਣਾ ਪੈਣਾ ਕੁਛ ਨਾ ਕੁਛ ਯਾਰ ਮੈਂ ਇੱਥੇ ਰੋਜ਼ਾਨਾ ਹੁੰਨਾ ਤੂੰ ਐਵੇਂ ਬਦਦਵਾ ਨਾ ਕੋਈ ਨਹੀਂ ਇਹ ਮੇਰੇ ਕੋਲ ਕੱਲ ਲੈ ਲਈ ਦੱਸ ਦੀ ਤੇਰਾ ਕਿਹੜਾ ਇੱਥੇ ਕੰਮ ਰੋਜ਼ਾਨਾ ਤੇ ਮੈਂ ਨਹੀਂ ਆਉਂਦਾ ਇੱਥੇ ਮੈਂ ਸੈਰ ਕਰਨ ਲਈ ਆਉਣਾ ਤੇ ਸੈਰ ਕਰੀ ਜਾਣੀ ਤੇ ਪੈ ਕਿਸੇ ਨੂੰ ਦੇਣਾ ਕੱਖ ਨਹੀਂ ਯਾਰ ਮੈਂ ਤੇਰਾ ਕੋਈ ਕਰਜ਼ਾ ਦੇਣਾ ਵਾ ਤੇ ਦੇ ਤੂੰ ਆਇਆ ਨਹੀਂ ਪਾਰਕ 'ਚ ਦੇ ਤੂੰ ਆਇਆ ਨਹੀਂ ਪਾਰਕ 'ਚ ਟੈਕਸ ਲਾਇਆ ਇੱਥੇ ਕੋਈ ਟੈਕਸ ਲਾਇਆ ਤੇ ਤੂੰ ਆਇਆ ਕਿ ਲੈਣਾ ਇੱਥੇ ਵੇਲੇ ਕੰਮੇ ਖਾ ਖਾ ਕੇ ਫਿੱਟੀ ਜਾਂਦੇ ਕਿਹੜੇ ਫਿੱਟੀ ਜਾਂਦੇ ਕੰਮ ਨਾ ਕਰਤਾ ਨਹੀਂ ਪੜਾਂਗਾ ਉਹ ਕੰਮ ਕਰੀਦਾ ਦੋ ਹੱਥ ਲੈਣੇ ਕਾਹਦੇ ਦਿੱਤੇ ਕਾਹਦੇ ਵਾਸਤੇ ਦੋ ਹੱਥ ਲੈ ਤੇ ਕਾਹਦੇ ਫਿੱਟੇ ਇੱਥੇ ਆਰਨਲਡ ਮੰਗਣ ਦੇ ਆ ਬਾਡੀ ਬਿਲਡਰ ਆ ਹੈ ਅੱਲਾ ਨੇ ਤੈਨੂੰ ਅੱਖਾਂ ਦਿੱਤੀਆਂ ਮੂੰਹ ਦਿੱਤਾ ਹੱਥ ਦਿੱਤੇ ਪੈਰ ਦਿੱਤੇ ਕੋਈ ਮਿਹਨਤ ਮਜ਼ਦੂਰੀ ਕਰ ਮਜ਼ਦੂਰਾਂ ਦੇ ਨਾਲ ਜਾ ਇੱਟਾਂ ਲਾ ਕੋਈ ਮਕਾਨ ਬਣਾ ਮਜ਼ਦੂਰੀ ਕਰ ਤੈਨੂੰ ਸ਼ਾਮ ਨੂੰ ਪੈਸੇ ਮਿਲ ਤੈਨੂੰ ਸਵਾਬ ਵੀ ਹੋਵੇ ਖੁਸ਼ ਵੀ ਹੋਵੇ ਅੱਛਾ ਹਾਂ ਅੱਛਾ ਤੁਹਾਨੂੰ ਵੇਖ ਕੇ ਨਾ ਹਰ ਬੰਦਾ ਮੋਟੀਵੇਸ਼ਨਲ ਸਪੀਕਰ ਜਿਹਾ ਬਣ ਜਾਂਦਾ ਕਿ ਜਿਵੇਂ ਸਾਰਾ ਤੁਹਾਨੂੰ ਹੀ ਪਤਾ ਸਾਨੂੰ ਹੀ ਪਤਾ ਕੱਖ ਨਹੀਂ ਹੈ ਦੱਸ ਮੈਨੂੰ ਹੁਣ ਮੈਂ ਤੇਰਾ ਕੋਈ ਕਦਰ ਕਰਦਾ ਜਾਨ ਕਿਵੇਂ ਛੱਡ ਸਕਦਾ ਉਹ ਤੂੰ ਸਾਡੀ ਛੱਡਦੇ ਨਾਲ ਤੂੰ ਦੇਖ ਤੇ ਜਾ ਦੇ ਪੈਸੇ ਤੇ ਨਿਕਲੇ ਤੋਂ ਸ਼ਾਬਾਸ਼ ਆ ਲੈ ਘਰੋਂ ਲੱਗਦਾ ਵੱਡਾ ਫਕੀਰ ਆ ਮੇਰੇ ਨਾਲੋਂ ਮੈਂ ਪਰਸ ਘਰ ਭੁੱਲ ਆਇਆ ਮੇਰੇ ਕੋਲ ਨਹੀਂ ਹੈਗੇ ਹੈ ਜੀ ਮੇਰੇ ਕੋਲ ਨਹੀਂ ਹੈਗੇ ਪਰਸ ਘਰ ਭੁੱਲ ਆਇਆ ਹਾਂ ਤੇ ਪੈਦਲ ਆਏ ਹੋ ਪਾਰਕ ਕਿੱਥੋਂ ਆਏ ਜੇ ਯਾਰ ਪਾਰਕ ਯਾਰ ਦੀਵਾਰ ਨਹੀਂ ਦੇਖਦਾ ਨਾਲ ਮੇਰਾ ਘਰ ਹੈ ਇੱਥੇ ਘਰ ਹਾਂ ਉੱਡ ਗਿਆ ਮੈਂ ਉੱਥੋਂ ਚਲੋ ਮੈਂ ਬੈਠਾ ਮੈਂ ਕਿਹੜਾ ਹਾਲੇ ਕਿਤੇ ਚੱਲਾਂ ਤੇ ਘਰੋਂ ਪੈਸੇ ਫੜ ਲਿਓ ਜਾ ਵਾਹ ਬਈ ਵਾਹ ਮੈਂ ਜਿਵੇਂ ਤੈਨੂੰ ਤਰੀਖ ਲਿਖ ਕੇ ਦਿੱਤੀ ਵੀ ਅੱਜ ਦੀ ਤਰੀਖ ਤੈਨੂੰ ਦਵਾਂਗਾ ਜ਼ਰੂਰ ਲੇਟ ਹੋ ਗਿਆ ਘਰੋਂ ਮੰਗਾ ਲਾ ਚੋਰੀ ਦੇਣੇ ਪੈਣੇ ਆ ਫੋਨ ਕਰਕੇ ਘਰੋਂ ਨਾ ਤੇਰੇ ਲਈ ਪੈਸੇ ਮੰਗਾ ਲਵਾਂ ਵੀ ਮੈਂ ਫੈਕਟਰੀ ਦੇ ਮਾਲਕ ਦਾ ਕਰਜ਼ਾ ਦੇਣਾ ਕਿਹਾ ਉਹ ਤੇਰਾ ਘਰ ਆ ਜਾ ਕੇ ਲਾਇਆ ਤੂੰ ਕਹਿਣ ਦੜਿਆ ਇੱਥੇ ਹੀ ਆ ਹਾਂ ਇੱਥੇ ਜਿੰਨੇ ਹੋਰ ਬੰਦੇ ਮਿਲ ਫਿਰ ਜੇ ਤੂੰ ਕਿਸੇ ਕੋ ਮੰਗ ਲਾ ਤੂੰ ਇਹ ਹੀ ਕਹਿਣਾ ਲੜ ਨਾ ਦੇ ਕੋਈ ਦੇਗਾ ਇੱਥੇ ਹੋਰ ਕਿਸੇ ਬੰਦੇ ਨੇ ਮੇਰੇ ਨਾਲ ਬਹਿਸ ਕੀਤੀ ਜਿੰਨੀ ਤੂੰ ਕੀਤੀ ਆ ਦੱਸ ਤੂੰ ਤੇ ਲੱਗਦਾ ਮੇਰੇ ਨਾਲ ਗੋਲਮੇਜ਼ ਕਾਨਫਰੰਸ ਸ਼ੁਰੂ ਕਰ ਲਈ ਇੱਥੇ ਮੈਂ ਤੇਰੇ ਕੋ ਮੰਗ ਲਿਆ ਚੱਲ ਯਾਰ ਕਰ ਲੈ ਮਾਫ ਕਰ ਉਹ ਨਹੀਂ ਧਾਰ ਨਹੀਂ ਹੈ ਜੀ ਸਾਡਾ ਕਰੋੜਾ ਰੁਪਇਆ ਫਸਿਆ ਲੋਕਾਂ ਨਾਲ ਕੱਲ ਲੈ ਲਈ ਕੱਲ ਲੈ ਲਈ ਹਰ ਬੰਦਾ ਆ ਜਾਓ ਆਦੇ ਬਗੋਰ ਫਸਿਆ ਨਹੀਂ ਮੰਗਣਾ ਹੁੰਦਾ ਤੁਸੀਂ ਖਰੇ ਕਿਤੇ ਕਿ ਦੋਏ ਨਾ ਦੇ ਅਗਲੇ ਦੀ ਮਰਜ਼ੀ ਹੈ ਉਹ ਦਿਹਾੜੀ 250 ਬੰਦਾ ਹੀ ਕਹਿੰਦਾ ਜੀ ਕੱਲ ਦੇ ਦੇਵਾਂਗੇ ਤੇ ਸਾੜੀਆਂ ਤੇ ਰਕਮਾਂ ਫਸ ਗਈਆਂ ਨੇ ਫਿਰ ਕਿਹਦੇ ਕੋਲ ਲੈਣਾ ਦੱਸੋ ਉਹ ਯਾਰ ਮੈਂ ਫੋਨ ਕੀਤਾ ਮੇਰੇ ਫੋਨ 'ਚ ਪੈਸੇ ਹੈਗੇ ਨੇ ਮੈਂ ਫੋਨ ਤੋਂ ਫੋਨ ਭੇਜ ਦੇ ਪੈਸੇ ਕਿਸੇ ਹੈ ਫੋਨ ਤੋਂ ਫੋਨ ਭੇਜਦਾ ਪੈਸੇ ਮੈਂ ਕੋਲ ਨਹੀਂ ਰੱਖਦਾ ਮੇਰੇ ਫੋਨ 'ਚ ਪੈਸੇ ਨੇ ਤੂੰ ਮੇਰਾ ਨੰਬਰ ਲੈ ਮੇਰੇ ਕੋਲ ਈਜ਼ੀ ਪੈਸਾ ਦਾ ਵੀ ਅਕਾਊਂਟ ਆ ਤੇ ਜਾਇਜ਼ ਦਾ ਵੀ ਦੋਵੇਂ ਲੈ ਲੈ ਕਰ ਦੇ ਮੈਨੂੰ ਇਹ ਤੂੰ ਤੂੰ ਕਾਊਂਟ ਵੀ ਖਲਾਏ ਨੇ ਹੈ ਜੀ ਕਾਊਂਟ ਵੀ ਖਲਾਏ ਨੇ ਅਜੀ ਕਦੀ ਤੁਹਾਨੂੰ ਪੁੱਛਿਆ ਦੱਸੋ ਮੈਨੂੰ ਲਿਮਿਟ ਕਿੰਨੀ ਹੈ ਉਹਨਾਂ ਦੇ ਕਾਊਂਟਾਂ ਦੀ ਹੈ ਜੀ ਲਿਮਿਟ ਕਿੰਨੀ ਕਿੰਨੀ ਹੈ ਇੱਕ ਦੀ 5 ਲੱਖ ਹੈ ਜੀ ਹਾਂ ਇੱਕ ਦੀ 10 ਲੱਖ ਆ ਓ ਮੇਰੇ ਅੱਲਾ ਉਹ ਮੇਰੀ 2 ਲੱਖ ਦੀ ਲਿਮਿਟ ਹੈ ਫਕੀਰ ਦੀ 5 ਲੱਖ 10 ਲੱਖ ਤੇ ਤੁਹਾਡਾ ਕਾਰੋਬਾਰ ਦੇ ਹਿਸਾਬ ਨਾਲ ਮੇਰੇ ਆਪਣੇ ਕਾਰੋਬਾਰ ਦੇ ਹਿਸਾਬ ਨਾਲ 5-10 ਲੱਖ ਰੁਪਏ ਤੇ ਦਿੰਦਾ ਕੌਣ ਲੱਖ ਕਦੀ ਗਿਨੇ ਹੈ ਲੱਖ ਗਿਨੇ
5000 ਵਾਲੇ ਨੋਟ ਦਾ ਕਿਹੜਾ ਰੰਗ ਹੈ ਜਿਹੜਾ ਲੱਖ ਅਸੀਂ ਗਿਣਨੇ ਤੂੰ 8 ਦਿਨਾਂ ਦੀ ਨਹੀਂ ਗਿਣ ਸਕਦਾ ਠੀਪੇ ਗਿਣਨਾ ਲੱਖ ਮੈਨੂੰ ਗਿਣ ਕੇ ਵਾਹੀਂ ਦਿਹਾੜੀ ਗੱਲਾਂ ਕੰਮ ਬੜੀ ਮਿਹਨਤ ਦਾ ਕੰਮ ਹੈ ਚੌਧਰੀ ਸੋਹਣਿਆ ਉਹ ਯਾਰ ਕਾਹਦੇ ਲਈ ਬਹਿਸ ਕਰਨ ਦਿਆ ਵਾਂ ਮੈਂ ਨਾ ਤੇਰਾ ਲੜ ਸਕਦਾ ਝਗੜ ਸਕਦਾ ਤੂੰ ਲੜ ਕੇ ਵੇਖ ਲਾ ਮੇਰੇ ਨਾਲ ਯਾਰ ਮੈਂ ਚੌਕੀਦਾਰ ਨੂੰ ਆਵਾਜ਼ ਦਿੱਤੀ ਨਾ ਐਵੇਂ ਜਿੰਨਾ ਬਦਤਮੀਜ਼ੀ ਕਰੇਗਾ ਮੈਂ ਕੋਈ ਬਦਵਾਨੀ ਲੈ ਜਾਂ ਜਾਂਦਾ ਉਹ ਮੇਰੇ ਨਾਲ ਰੋਜ਼ ਬਦਤਮੀਜ਼ੀ ਕਰਦਾ ਯਕੀਨ ਕਰੋ ਕਦੀ ਮੈਨੂੰ ਮਾਲਾ ਪਾ ਕੇ ਨਹੀਂ ਘੱਲਿਆ ਉਹਦੇ ਅੰਦਰ ਵੀ ਚੌਧਰੀ ਆਇਆ ਤੂੰ ਜਾ ਸਵੇਰੇ ਸਵੇਰੇ ਜਾ ਜਾ ਉਹ ਕਿੱਥੇ ਜਾ ਬਹਿਸ ਕੀਤੀ ਹੁਣ ਦੇ ਕੇ ਜਾ ਕੁਛ ਹੁਣ ਨਹੀਂ ਹੈਗਾ ਤਾਂ ਕੀ ਦਵਾਂ ਇੱਥੇ ਚਾਰ ਬੰਦੇ ਬਾਲਾ ਮੈਂ ਤੁਹਾਨੂੰ ਦੱਸਾਂ ਜੇ ਉਹ ਕਹਿਣਗੇ ਨਾ ਵੀ ਤੇਰਾ ਨਹੀਂ ਬਣਦੇ ਪੈਸੇ ਦੇਣੇ ਮੈਂ ਤੁਹਾਨੂੰ ਛੱਡ ਦੂੰ ਪੈਸੇ दो बंदे रज के खांदे ने तेरा तंदूर है कितने ਹੈ ਤੰਦੂਰ ਆ ਕਿਤੇ ਲੱਗਦਾ ਬੰਦਾ ਗਲਤ ਰੋਕ ਬੈਠਾ ਮੈਂ ਭਾਈ ਤੂੰ ਰੋਟੀਆਂ ਦਾ ਵੀ ਹਿਸਾਬ ਰੱਖਦਾ ਤੂੰ ਕੌਣ ਹੈ ਯਾਰ ਯਾਰ ਮੈਂ ਜੋ ਕੁਛ ਵੀ ਆ ਐ ਵੇ ਮੈਂ ਤੇ ਦਾੜੀ ਹੱਥ ਨਹੀਂ ਲਾ ਅੱਲਾ ਭਲਾ ਇਹਨਾਂ ਗੱਲਾਂ ਤੋਂ ਮੈਂ ਦਾੜੀ ਨਹੀਂ ਰੱਖੀ ਲੋਕੀ ਬਾਰ ਬਾਰ ਹੱਥ ਲਾਉਂਦੇ ਦਾੜੀ ਹਰ ਬੰਦਾ ਕਹਿੰਦਾ ਮਾਫ਼ ਕਰੋ ਗੱਲ ਨਹੀਂ ਕਰੀ ਮੈਂ ਤੈਨੂੰ ਦੱਸਦਾ ਪਿਆ ਕਿ ਜੇ ਬੰਦਾ ਮਾਫ਼ੀ ਮੰਗ ਲਵੇ ਨਾ ਮਾਫ਼ ਕਰ ਦੇਣਾ ਚਾਹੀਦਾ ਕੋਈ ਟੈਕਸ ਨਹੀਂ ਲੈਣਾ ਕੋਈ ਮੈਂ ਤੇਰਾ ਕਰਜ਼ਾ ਨਹੀਂ ਦੇਣਾ ਕੋਈ ਜ਼ਮੀਨ ਨਹੀਂ ਗਿਰਵੀ ਰੱਖੀ ਤੁਹਾਡੇ ਕੋਲ ਕੋਈ ਅਸੀਂ ਕਿਰਾਏਦਾਰ ਨਹੀਂ ਤੁਹਾਡੇ ਬਿਜਲੀ ਦਾ ਬਿੱਲ ਨਹੀਂ ਦੇਣਾ ਮੈਂ ਤੁਹਾਡਾ ਕਿਹੜੀ ਚੀਜ਼ ਦੇ ਪੈਸੇ ਮੰਗਣਾ ਮੰਗਣਾ ਕਦੇ ਵੇਖ ਲੈ ਤੂੰ 100 ਰੁਪਇਆ ਦੀ ਖਾਤਰ ਕਿੰਨੀ ਬਹਿਸ ਕਰਨ ਡਿਆ ਮੇਰੇ ਨਾਲ ਤੂੰ ਕਿੰਨੀਆਂ ਛਾਵਾਂ ਕਢਾਤੀਆਂ ਤੂੰ ਮੈਨੂੰ ਚੌਧਰੀ ਮਾੜੀ ਗੱਲ ਆ ਤੂੰ ਦੱਸਾਂ ਤਾਂ 20 ਦੇ ਆਇਆ ਹੁਣ 100 ਰੁਪਇਆ ਤੇ ਆ ਗਿਆ ਮੈਂ ਥੋੜ੍ਹਾ ਜਿਹਾ ਉੱਪਰ ਗਿਆ ਤੂੰ ਜੇ ਕਹਿੰਦਾ 500 ਤੇ ਬਣ ਗਿਆ ਤੇ ਤੇ ਜਿਹੜਾ ਟਾਈਮ ਵੇਸਟ ਹੋਇਆ ਮੇਰਾ ਕਹਿੰਦਾ ਤੂੰ ਮੇਰਾ ਭੰਨਿਆ ਇਹ ਵਿੱਚ ਪੈਸੇ ਨਹੀਂ ਪੈਣੇ ਇਹ ਕਦੇ ਪੈਸੇ ਪੈਣੇ ਜਿਵੇਂ ਜਿਵੇਂ ਤੂੰ ਬਹਿਸ ਕਰੀ ਜਾਣੀ ਆ ਪੈਸੇ ਵਧੀ ਜਾਣੇ ਚੌਧਰੀ 1000 ਰੁਪਇਆ ਹੋ ਜਾਣਾ ਹੋਰ ਥੋੜ੍ਹੀ ਦੇਰ ਤੱਕ ਉਹ ਮੇਰੇ ਵੱਲ ਕਿਉਂ ਹੋ ਜਾਣਾ 1000 ਰੁਪਇਆ ਮੈਂ ਕਦੋਂ ਤੇ ਨਾ ਬਹਿਸ ਕਰਦਾ ਮੈਂ ਕਹਿੰਦਾ ਜੜ ਲਾ ਭਲਾ ਗੱਲ ਖਤਮ ਹੋ ਗਈ ਗੱਲ ਤੂੰ ਕੁਝ ਗੱਲ ਆਪ ਵਧਾ ਰਿਹਾ ਮੈਂ ਕਿਹੜੀ ਗੱਲ ਵਧਾਈ ਤੇਰੇ ਨਾਲ ਦੱਸ ਮੈਂ ਰੱਖੇ ਅੱਗੇ ਤੇਰੇ ਅੱਗੇ ਆ ਮੇਰੇ ਮਗਰ ਕੌਣ ਆ ਕੌਣ ਟੁੱਟਦਾ ਰਿਹਾ ਤੇਰੇ ਮਗਰ ਦਵਾਵਾਂ ਵੀ ਨਹੀਂ ਪਤਾ ਨਹੀਂ ਕੌਣ ਆ ਤੂੰ ਜਾ ਤੂੰ ਆਪਣੇ ਨਾਂ ਦਵਾਵਾਂ ਸਹੀ ਨਾਂ ਸੀ ਚੌਰੀ ਓ ਯਾਰ ਲੋਨਾ ਵਾਸਤੇ ਕੌਣ ਏ ਤੂੰ ਵੇਖ ਲੈ ਚੌਰੀ ਮੈਂ ਇਹ ਐਂ ਨਹੀਂ ਕਰੀਦਾ ਹੁੰਦਾ ਮਤਲਬ ਲੁੱਟਾ ਮਾੜੇ ਬੰਦੇ ਦੀ ਤੂੰ ਮੇਰੀ ਦਿਹਾੜੀ ਤੜਵਾਉਣ ਡਿਆ ਰੱਬ ਦਾ ਵਾਸਤਾ ਭਰਾਵਾ ਮੇਰੀ ਵੀ ਇੱਜ਼ਤ ਬਣੀ ਹੈ ਕਿਉਂ ਮੇਰੇ ਮਗਰ ਪੈ ਗਏ ਲੋਕ ਪਤਾ ਲੱਗ ਗਿਆ ਲੋਕੀ ਮੈਨੂੰ ਸੇਠ ਕਹਿੰਦੇ ਨੇ ਬਹੁ ਕਹਿੰਦੇ ਨੇ ਮੇਰਾ ਕਾਰੋਬਾਰ ਉਹ ਕਹਿੰਦੇ ਫਕੀਰਾਂ ਕੇ ਜ਼ਲੀਲ ਹੁੰਦੇ ਆ ਉਹ ਬੰਦੇ ਲਿਆ ਜਿਹੜੇ ਤੈਨੂੰ ਕਹਿੰਦੇ ਨਾ ਸੇਠ ਫਲਾਣਾ ਢਮਕਾਣਾ ਉਹਨਾਂ ਨੂੰ ਮੈਂ ਦੱਸਦਾ ਵੀ ਹੈ ਕੌਣ ਮੇਰਾ ਲੱਖਾਂ ਦਾ ਕਾਰੋਬਾਰ ਆ ਜ਼ਲੀਲ ਨਾ ਕਰ ਮੈਨੂੰ ਬਸ ਚੁੱਪ ਕੋਠਾ ਤਾਂ ਮੇਰਾ ਤੇਰੇ ਨਾਲ ਬਹੁਤ ਹੋਵੇ ਫੇਰ ਇੰਨੀ ਦੇਰ ਤੇ ਮੈਂ ਚੰਗੀ ਬੋਲੀ ਦਿਹਾੜੀ ਲਾ ਲੈਣਾ ਜਿੰਨਾ ਤੂੰ ਮੇਰੇ ਨਾਲ ਬਹਿਸ ਕਰਨ ਡਿਆ ਕਰੂੰ ਤੇ ਗੱਲ ਕਿਵੇਂ ਮੁੱਕੀ ਆਪਣੀ 400 ਹੋ ਗਿਆ ਜੀ ਵੇਲਾ ਕਿੰਨਾ ਟਾਈਮ ਹੋ ਗਿਆ ਸ਼ਾਮਾਂ ਪਾਰਟੀਆਂ ਤਾਂ ਮੈਨੂੰ ਇੱਥੇ 10, 20, 50, 100, 400 ਹਾਂ ਗੱਲ ਮੁੱਕੀ ਗਈ ਕਿੱਥੇ ਇਹ 1000 ਤੋਂ ਉੱਤੇ ਜਾਣੀ ਜਿਹੋ ਜਿਹਾ ਤੂੰ ਬੰਦਾ ਨਾ ਤੂੰ ਮੇਰੇ ਨਾਲ ਹੋਰ ਬਹਿਸ ਕਰਨੀ ਤੂੰ ਕੱਲ੍ਹ ਤੇ ਗੱਲ ਪਾ ਦੇ 2000 ਲੈ ਜੀ ਕੱਲ੍ਹ ਤੇ ਗੱਲ ਪਾ ਦੇ ਇੱਜ਼ਤ ਹੁੰਦੀ ਬੰਦੇ ਦੀ ਕੱਲ੍ਹ ਇਸ ਪਾਰਕ ਦੇ ਵਿੱਚ ਮੈਂ ਤੈਨੂੰ ਨਜ਼ਰ ਆ ਗਿਆ ਤਾਂ ਕਹੀਂ ਨਹੀਂ ਮੈਂ ਤੇਰਾ ਨੁਕਸਾਨ ਨਹੀਂ ਕਰਨਾ ਚਾਹੁੰਦੀ ਤੂੰ ਅੱਜ ਹੀ 1000 ਦੇ ਕੇ ਜਾਣ ਚੜਾ ਕੱਲ੍ਹ ਦੀ 2 ਵਜੇ ਕੌਣ ਜ਼ਿੰਮੇਦਾਰ 10 ਮਿੰਟ ਯਾਰ ਤੁਸੀਂ ਇੰਨੀ ਬਹਿਸ ਕਰਕੇ ਲੋਕਾਂ ਕੋਲ ਪੈਸੇ ਲੈਂਦੇ ਹੈ ਇੰਜ ਬਹਿਸ ਕਰਕੇ ਪੈਸੇ ਮੰਗਦੇ ਉਹ ਇੰਨੀ ਤਾਂ ਬਹਿਸ ਕਰਦਾ ਹੀ ਕੋਈ ਨਹੀਂ ਤੂੰ ਪਤਾ ਨਹੀਂ ਯਾਰ ਮੇਰੇ ਤੋਂ ਵੱਡਾ ਮੈਂ ਕਦੋਂ ਤੇਰੇ ਨਾਲ ਬਹਿਸ ਕਰਦੇ ਆ ਮੈਂ ਕਹਿੰਦਾ ਜਾ ਅੱਲਾ ਭੱਲਾ ਕਰੇ ਅੱਲਾ ਤੇਰੇ ਬੱਚੇ ਜੀ ਅੱਲਾ ਤੈਨੂੰ ਖੁਸ਼ੀਆਂ ਦੇਵੇ ਪੁੱਤ ਦੇਵੇ ਪੋਤਰੇ ਦੇਣ ਖੁਸ਼ ਰਹੋ ਆਪਣੇ ਘਰ ਰਹੋ ਮੇਰੀ ਜਾਨ ਛੱਡ ਬਸ ਤੇਰੀਆਂ ਦੁਆਵਾਂ ਦੀ ਸਪੀਡ ਨਾ ਮੇਰੇ ਨਾਲ ਬਹੁਤ ਹੀ ਤੂੰ ਕੱਲ੍ਹ ਤੋਂ ਮੇਰੇ ਨਾਲ ਜਾਣਾ ਜਾ ਕਿਤੇ ਕੰਮ ਕਰ ਜਾ ਕੇ ਚੱਲਦੇ ਜਾਨ ਛੜਾ ਮੇਰੇ ਕੋਲ ਚਲੋ ਮੇਰੇ ਮਗਰ ਆ ਮੇਰੇ ਘਰ ਦੇ ਬਾਹਰ ਖਲੋਣੀ ਕਿ 100 ਰੁਪਇਆ ਬਣਿਆ ਮੈਂ ਤੈਨੂੰ ਦੇ ਦਾਂ ਇਹ ਨਹੀਂ ਮੈਂ ਕੋਈ ਪਾਗਲ ਨਹੀਂਗਾ ਪਰਥੋਂ ਵੀ ਇੱਕ ਬੰਦਾ ਮੈਨੂੰ ਚੌਥੀ ਮੰਦਰ ਤੇ ਲਿਜਾ ਕੇ ਤੇ ਉੱਤੇ ਜਾ ਕੇ ਨਾ ਮਾਫ਼ ਕਰੋ ਤੂੰ ਮੈਨੂੰ ਘਰ ਜਾ ਕੇ ਕਹੋ ਜੀ ਮਾਫ਼ ਕਰੋ ਉੱਥੇ ਮੈਂ ਰਕਸ਼ੇ ਦਾ ਕਿਰਾਇਆ ਲਾ ਕੇ ਆਉਂਦਾ ਫਿਰਾਂ ਕੌਣ ਜ਼ਿੰਮੇਦਾਰ ਹੋ ਨਹੀਂ ਇਹ ਨਾਲ ਮੇਰਾ ਘਰ ਆ ਹੈ ਉਹ ਨਾਲ ਮੇਰਾ ਘਰ ਆ ਮੈਨੂੰ ਕੀ ਪਤਾ ਤੇਰਾ ਘਰ ਹੈ ਕਿਤੇ ਹੋਰ ਦਾ ਘਰ ਲੈ ਕੇ ਯਾਰ ਮੈਂ ਕਿਸੇ ਉੱਥੇ ਘਰ ਵੜ ਜਾਗਾ ਕਿਉਂ ਕੋਈ ਵੜਨ ਦਿੰਦਾ ਆਪਣੇ ਘਰ ਮੇਰਾ ਆਪਣਾ ਘਰ ਆ ਮੈਂ ਵੜਾਂਗਾ ਤੈਨੂੰ ਪਤਾ ਲੱਗ ਜਾਏਗਾ ਆਪਣਾ ਘਰ ਹੈ ਅੱਛਾ ਬਾਹਰ ਲਿਖੀ ਆ ਤਰਤੀ ਚੌਧਰੀ ਨੈਦ ਉਹ ਮੇਰੀ ਗੱਲ ਸੁਣਨਾ ਤੂੰ ਮੈਂ ਇੱਥੇ ਕੰਮ ਤੇ ਖਲੋਤਾ ਤੇ ਤੂੰ ਆਪਣੀ ਕੋਈ ਸ਼ਹਿਰ ਖਾ ਜਾ ਨਾ ਮੇਰੇ ਕੋਲ ਤੇ ਜਾ ਤੂੰ ਜਾ ਕੇ ਪਹਿਲਾ ਆ ਕਦੇ ਵੀ ਸ਼ਹਿਰ ਖਾ ਜਾ ਉਹ ਮੈਨੂੰ ਕੀ ਪਤਾ ਤੂੰ ਬਾਹਰ ਜਾਵੇਂ ਨਾ ਆਵੇਂ ਤੇਰਾ ਕੋਈ ਤਬਾਰ ਆ ਦੱਸ ਮੈਨੂੰ ਮੈਂ ਨਹੀਂ ਆਵਾਂਗਾ ਨਾ ਸੀ ਸ਼ਹਿਰ ਕਦੇ ਵੀ ਖਾਵਾਂ ਤੂੰ ਖਾ ਜਾ ਨਾ ਗਾਰੰਟੀ ਦੇ ਤੌਰ ਤੇ ਵੀ ਮੈਂ ਆ ਕੇ ਆਪਣੀ ਸ਼ਹਿਰ ਲੈ ਜਾ ਪੈਸੇ ਦੇ ਜਾ ਸ਼ਹਿਰ ਆਪਣੀ ਪੈਸੇ ਲੈ ਜਾ ਸ਼ਹਿਰ ਦੇ ਜਾ ਪੈਸੇ ਕਦੇ ਲੈ ਜਾ ਕਦੇ ਪੈਸੇ ਲੈ ਜਾ ਤੂੰ ਕਦੇ ਪੈਸੇ ਲੈਣੇ ਤੂੰ ਮੇਰੇ ਕੋਲ ਮੋਬਾਈਲ ਹੈ ਮੋਬਾਈਲ ਖਾ ਜਾ ਕੋਈ ਆ ਬੂਟ ਖਾ ਜਾ ਮੇਰੇ ਕੋਲ ਚੱਲ ਤੋੜੀ ਉਹ ਮੈਨੂੰ ਪਿੱਛੋਂ ਆਵਾਜ਼ ਆਉਂਦੀ
ਅਗਰ ਹੁਣ ਤੂੰ ਆਵਾਜ਼ ਦਿੱਤੀ ਨਾ ਐਵੇਂ ਇੱਥੇ ਝਗੜਾ ਹੋਏਗਾ, ਲੋਕ ਵੇਖਣਗੇ ਫਕੀਰ ਨੂੰ ਕਿਉਂ ਮਾਰਦਾ। ਮੈਂ ਇਸੇ ਗੱਲ ਤੋਂ ਤੈਨੂੰ ਨਹੀਂ ਮਾਰਿਆ ਵੀ ਫਕੀਰਾਂ ਨੂੰ ਨਹੀਂ ਮਾਰੀਦਾ, ਉਹ ਲੋਕ ਕਹਿੰਦੇ ਕਿਉਂ ਮਾਰ ਰਿਹਾ, ਬਿਸ਼ਤੀ ਮੇਰੀ ਹੈ। ਕਿੱਦਾਂ ਤੂੰ ਸਿਆਣਾ ਬੰਦਾ ਵਾ ਤੂੰ, ਬਿਸ਼ਤੀ ਮੇਰੀ ਹੈ, ਮੈਂ ਤੈਨੂੰ ਕਸਮ ਖਾਂਦਾ ਵੀ ਮੈਂ ਤੈਨੂੰ ਦੇ ਹੈ ਦੇ ਜਾ ਉਹ ਘਰ ਵੇਖ ਪੈਸੇ ਨਾ ਦੇ ਕੇ ਗਿਆ ਤੇਰਾ ਬੇੜਾ ਘਰ ਕੋਲ ਵੱਡਾ ਬਦਵਾ ਮੈਂ ਦੇ ਤੇਰੀ ਦਿਹਾੜੀ ਤੜਵਾਈ ਹੈ ਤੂੰ ਨਹੀਂ ਦਿਹਾੜੀ ਤੇਰੀ ਪੱਕੀ ਲੱਗ ਗਈ ਪੱਕੀ ਲੱਗ ਗਈ ਤੇ ਯਾ ਅੱਲਾ ਸ਼ੁਕਰ ਇਹ ਕੋ ਜਾਨ ਛੁੱਟੀ।